थे ना कोई हमदर्दी, मेरी जिंद गमा बिच खर दी, तेरिया मिन्नता कर दी मैं, तेरिया मिन्नता कर दी, मेरे राम जी, मेरे राम जी, मेरे राम जी, मेरे राम जी। ਧੰਨਵਾਦ, ਸ਼ੁਕਰ ਹੈ ਸਾਡਾ ਕਮਰਾ ਪੈ ਗਿਆ ਤੇ ਬਹੁਤ ਸੋਹਣਾ ਸੋਹਣਾ ਕੰਮ ਹੋ ਗਿਆ ਵਾ ਤੇ ਬੜਾ ਹੁਣ ਸਾਨੂੰ ਕੀ ਕਿਆ ਹੋਇਆ ਵਾ। ਚੱਲ ਜਿਹੜਾ ਅਸੀਂ ਕਦੀ ਕੋਠੇ ਦਾ ਚੁੰਦਾ ਸੀ, ਕਦੀ ਵੇਹਨੇ ਹਾਂ, ਕਦੀ ਭਿੱਜ ਗਿਆ ਲੀੜੇ ਭਿੱਜ ਕੇ ਬਾਹਰ ਰੱਖੋ ਅੰਦਰ ਰੱਖੋ, ਐਨਕ ਵੀ ਲੱਗ ਗਈ ਅੱਖਾਂ ਤੋਂ ਘੱਟ ਦਿਖਦਾ ਸੀ ਤੇ ਕੋਈ ਪੈਸਾ ਨੀ ਲੱਗਾ ਤੇ ਮੇਰਾ ਚੱਲ ਬਹੁਤ ਸੋਹਣਾ ਮੇਰੇ ਪੁੱਤਾਂ ਨੇ ਸਵਾਰ ਦਿੱਤਾ ਆ। ਮਹਾਰਾਜ ਇਹਨਾਂ ਨੂੰ ਇੰਨਾ ਕੁ ਦਵੇ ਜਿਹੜਾ ਥੁੜਕੇ ਨਾ ਬਹਿਣਗੇ, ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਦਵੇ। ਆਸ ਨਹੀਂ ਸੀ ਮੈਨੂੰ ਵੀ ਮੈਂ ਆ ਕਾਨਿਆਂ ਚੋਂ ਨਿਕਲ ਜੂੰਗੀ, ਕਾਨਿਆਂ 'ਚ ਹੀ ਬਹਿ ਰਹੂੰਗੀ, ਜਿਸ ਤਰ੍ਹਾਂ ਚਾਹੁੰਦਾ ਸੀ ਸਾਨੂੰ ਪਤਾ ਪਤਾ ਨਾ ਕਦੇ ਰਾਤ ਚੈਨ ਆਉਂਦੇ ਦਿਨੇ ਡਿੱਗ ਨਾ ਪਵੇ ਸਾਡੇ ਉੱਤੇ, ਡਿੱਗ ਨਾ ਪਵੇ ਨਾ ਮੁੰਡਾ ਭੱਜ ਕੇ ਨਿਕਲਣ ਜੋਗਾ ਨਾ ਮੈਂ ਆਪ ਉਹੋ ਜਿਹੀ ਨਿਕਲਣ ਜੋਗੀ। ਚਲੋ ਵਾਹਿਗੁਰੂ ਨੇ ਬਹੁਤ ਸੋਹਣੀ ਸਾਡੀ ਫਰਿਆਦ ਸੁਣ ਲਈ ਆ। ਹਾਂ, ਜਿੰਨੇ ਮੇਰੇ ਵੀਰ ਭਰਾ ਜਿੰਨੇ ਮੇਰੀ ਹੈਲਪ ਕੀਤੀ, ਮਹਾਰਾਜ ਗੁਰੂ ਰਾਮਦਾਸ ਉਹਨਾਂ ਨੂੰ ਬਹੁਤਾ ਬਹੁਤਾ ਬਰਕਤ ਪਾਵੇ, ਉਹਨਾਂ ਦੇ ਭਰੇ ਖਜ਼ਾਨੇ ਰਹਿਣ ਮਹਾਰਾਜ, ਜੋ ਜਿਹੜਾ ਜਿਹੜਾ ਮੇਰੀ ਮਦਦ ਕਰਨ ਡਿਆ, ਬਹੁਤ ਸਾਥ ਦਿੱਤਾ ਬੱਬਾ ਜੀ ਤੁਸੀਂ ਬਹੁਤ ਜ਼ਿਆਦਾ, ਇਹਨਾਂ ਕੋਈ ਕਿਸੇ ਦਾ ਨਹੀਂ ਕਰਦਾ ਬੱਬਾ ਜੀ ਜਿੰਨਾ ਤੁਸੀਂ ਮਹਾਰਾਜ ਸਾਡਾ ਕਰਨ ਡਿਆ ਗਰੀਬਾਂ ਦਾ। ਵੀਰ ਹੁਣਾਂ ਦੀ ਬੇਨਤੀ ਦੇ ਉੱਤੇ ਮਾਤਾ ਜੀ ਦੇ ਲਈ ਇੱਕ ਜਿਹੜੀ ਪੱਕੀ ਛੱਤ ਹੈ ਉਹ ਜਿਹੜੀ ਉਸਾਰੀ ਕਰਵਾ ਦਿੱਤੀ ਗਈ ਹੈ। ਵੀਰ ਹੁਣਾਂ ਕੋਲ ਇੱਕ ਰੁਪਇਆ ਵੀ ਜਿਹੜਾ ਉਹ ਨਹੀਂ ਲਿਆ ਗਿਆ, ਮਾਤਾ ਜੀ ਦੀ ਅੱਖਾਂ ਦੇ ਲਈ ਐਨਕ ਦੀ ਲੋੜ ਸੀ, ਐਨਕ ਲਗਵਾ ਦਿੱਤੀ ਗਈ ਹੈ। ਸੋ ਪਰਿਵਾਰ ਜਿਹੜਾ ਖੁਸ਼ ਹੈ ਜੀ, ਭਾਈ ਖੁਸ਼ ਹੈਗੇ, ਸੋ ਪਰਿਵਾਰ ਖੁਸ਼ ਹੈ, ਅਸੀਸਾਂ ਦੇ ਪਾਤਰ ਆਪ ਸਭ ਵੀਰ ਜਿਨ੍ਹਾਂ ਨੇ ਆ ਕੇ ਇਸ ਬਜ਼ੁਰਗ ਮਾਂ ਦੀ ਔਰ ਇੱਕ ਹੈਂਡੀਕੈਪ ਵੀਰ ਦੀ ਜਿਹੜੀ ਹੈਲਪ ਕੀਤੀ ਹੈ। ਸੋ ਗੁਰੂ ਪਾਤਸ਼ਾਹ ਤੁਹਾਡੇ ਭੇਜੇ ਹੋਏ ਦਸਵੰਤ ਨੂੰ ਪਾਗ ਲਾਣ, ਤੁਹਾਡਾ ਭੇਜਿਆ ਹੋਇਆ ਦਰ ਦਰਗਾਹੀ ਜਿਹੜਾ ਕੁਰਬਾਨ ਹੋਵੇ। ਸੋ ਖਾਲਸਾ ਜੀ, ਅਪਰੋਕਸੀਮੇਟਲੀ ਜਿਹੜਾ ਖਰਚਾ ਅਸੀਂ 25 ਤੋਂ 26 ਹਜ਼ਾਰ ਰੁਪਏ ਜਿਹੜਾ ਮੰਨ ਕੇ ਚੱਲਦੇ ਹਾਂ, ਜਿਹੜਾ ਇਸ ਵੀਰ ਦੇ ਘਰ ਦੇ ਉੱਤੇ ਅਸੀਂ ਜਿਹੜਾ ਸਪੈਂਡ ਕੀਤਾ ਹੈ, ਇਹ ਸਾਰਾ ਕੁਛ ਤੁਹਾਡਾ ਭੇਜਿਆ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹੜੀ ਕਿਰਪਾ ਹੈ। ਸੋ ਉਹ ਐਵੇਂ ਹੀ ਇਸ ਮਾਂ ਦੀ ਦੁਆਵਾਂ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ, ਐਵੇਂ ਹੀ ਲੋਕਾਂ ਦੀਆਂ ਵਿਧਵਾ ਭੈਣਾਂ ਦੀ ਜਿਹੜੀ ਸੇਵਾਵਾਂ ਉਹ ਐਵੇਂ ਹੀ ਚੱਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ।